ਆਹ ਵੇਖ ਲਾ ਮੈਂ ਕਦੋਂ ਦੀ ਇਕੱਲੀ ਬਾਹਰ ਬੈਠੀ ਹਾਂ ਅਤੇ ਆਪ ਦੋਵੇਂ ਜੀ ਅੰਦਰ ਵੜ ਕੇ ਕਿੱਡੇ ਮਜ਼ੇ ਨਾਲ ਬੈਠੇ ਆ। ਇਹਨਾਂ ਨਾਲ ਤਾਂ ਮੈਂ ਹੁਣੇ ਗੱਲ ਕਰਦੀ ਹਾਂ ਜਾ ਕੇ। ਨੀ ਕੀ ਗੱਲ, ਕੰਮ ਧੰਦਾ ਤੇਰਾ ਮੁੱਕ ਗਿਆ ਸਾਰਾ ਜਿਹੜੀ ਤੂੰ ਅੰਦਰ ਵੜ ਕੇ ਬਹਿ ਵੀ ਗਈ ਆ? ਵੇ ਤੂੰ ਸਾਰੇ ਘਰ ਦੀ ਕਬੀਲਦਾਰੀ ਉਹਦੇ ਹੱਥਾਂ 'ਚ ਫੜਾਈ ਆ ਅਤੇ ਉਹਨੂੰ ਕਦੀ ਪੈਸੇ ਧੇਲੇ ਦਾ ਹਿਸਾਬ ਪੁੱਛਿਆ ਵਾ ਵੀ ਉਹ ਪੈਸਿਆਂ ਦਾ ਕੀ ਕਰਦੀ ਆ? ਉਹ ਨਹੀਂ ਭੂਆ ਜੀ, ਮੈਂ ਨਹੀਂ ਕਦੇ ਘਰ ਦਾ ਹਿਸਾਬ ਕਿਤਾਬ ਕਿਰਨ ਕੋਲੋਂ ਪੁੱਛਿਆ, ਘਰ ਬਾਰ ਕਿੱਦਾਂ ਚਲਾਉਣਾ ਆ ਉਹਨੂੰ ਸਾਰਾ ਪਤਾ ਆ। ਵੇ ਮੇਰੀ ਗੱਲ ਦਾ ਗੁੱਸਾ ਨਾ ਕਰੀ, ਮੈਂ ਬੰਦੇ ਨੂੰ ਝੱਟ ਪਛਾਣ ਜਾਂਦੀ ਹਾਂ ਵੀ ਬੰਦਾ ਕਿੱਦਾਂ ਦਾ ਵਾ, ਪਰ ਇਹ ਮੈਨੂੰ ਬੇਹਿਸਾਬੀ ਜੀ ਲੱਗੀ ਆ। ਬੇਹਿਸਾਬੀ ਲੱਗੀ ਆ, ਪਰ ਉਹ ਕਿਉਂ ਭੂਆ ਜੀ? ਚੱਲ ਚੰਗੀ ਗੱਲ ਆ, ਜੇ ਉਹਨੇ ਸਾਰੀਆਂ ਕਬੀਲਦਾਰੀਆਂ ਤੇਰੇ ਹੱਥ 'ਚ ਫੜਾਤੀਆਂ ਨਾ, ਹੁਣ ਇਸ ਘਰ ਨੂੰ ਚੰਗੀ ਤਰ੍ਹਾਂ ਸਾਂਭ ਕੇ ਰੱਖੀ। ਚਲੋ ਠੀਕ ਹੈ ਭੂਆ ਜੀ, ਮੈਂ ਇਦਾਂ ਹੀ ਕਰਾਂਗੀ। ਹੁਣ ਮੈਂ ਜਾ ਕੇ ਤੇ ਕੱਪੜੇ ਸੈੱਟ ਕਰਕੇ ਰੱਖ ਲਾਂ ਅਲਮਾਰੀ 'ਚ। ਜਾ ਰੱਖ ਲਾ। ਚਲੋ ਜੀ, ਮੈਂ ਤੇ ਆਪਣਾ ਕੰਮ ਕਰਤਾ, ਹੁਣ ਵੇਖਦੀ ਆ ਕਿਰਨ ਨਵ ਕੋਲੋਂ ਕਿੱਦਾਂ ਬਚਦੀ ਆ। ਆ ਲਓ ਭੂਆ ਜੀ, ਖਾਓ ਸੇਵੀਆਂ, ਨਾਲ ਤੁਸੀਂ ਵੀ ਫੜ ਲਓ। ਲਿਆ ਪੁੱਤ, ਜਿੰਦੀ ਰਹਿ ਮੇਰੀ ਧੀ, ਤੇਰੇ ਵਰਗੀ ਸਿਆਣੀ ਧੀ ਨੂੰ ਆਪਣੇ ਭਰਾ ਭਰਜਾਈ ਦੇ ਘਰ ਵੇਖ ਕੇ ਨਾ ਮੇਰੇ ਮਨ ਨੂੰ ਬੜਾ ਹੀ ਸਕੂਨ ਮਿਲਿਆ ਵਾ, ਜਿੰਨੇ ਉਹਨਾਂ ਦਾ ਘਰ ਰੁਲ ਨਹੀਂ ਦਿੱਤਾ, ਇੰਨਾ ਸਾਂਭ ਕੇ ਰੱਖਿਆ ਆ। ਹਾਂਜੀ ਭੂਆ ਜੀ, ਖਾਓ ਸੇਵੀਆਂ, ਅਤੇ ਜੇ ਤੈਨੂੰ ਹੋਰ ਚਾਹੀਦੀਆਂ ਹੋਣਗੀਆਂ ਤਾਂ ਮੈਨੂੰ ਦੱਸ ਦਿਓ। ਠੀਕ ਹੈ ਪੁੱਤ। ਕਿਰਨ, ਹਾਂਜੀ ਨਾ, ਆ ਸੇਵੀਆਂ ਕਿੱਦਾਂ ਦੀਆਂ ਬਣਾਈਆਂ ਤੂੰ? ਕਿਉਂ ਨਾ, ਕੀ ਹੋ ਗਿਆ ਸੇਵੀਆਂ ਨੂੰ? ਸੇਵੀਆਂ ਦੇ ਵਿੱਚ ਲੂਣ ਕੌਣ ਪਾਉਂਦਾ ਹੁੰਦਾ ਆ? ਤੂੰ ਲੂਣ ਵਾਲੀਆਂ ਸੇਵੀਆਂ ਬਣਾਈਆਂ ਆ, ਤੇ ਤੁਸੀਂ ਭੂਆ ਜੀ ਤੁਸੀਂ ਇਦਾਂ ਹੀ ਖਾਈ ਜਾਂਦੇ ਸੇਵੀਆਂ, ਕੀ ਗੱਲ? ਕੋਈ ਗੱਲ ਨਹੀਂ ਪੁੱਤ, ਫਿਰ ਕੀ ਹੋ ਗਿਆ? ਜੇ ਇਹਦੇ ਕੋਲੋਂ ਗਲਤੀ ਨਾਲ ਸੇਵੀਆਂ 'ਚ ਲੂਣ ਪੈ ਗਿਆ ਤੇ ਜੇ ਮੈਂ ਇਹਨੂੰ ਕੁਝ ਬੋਲਦੀ ਤੇ ਇਹਦੇ ਮਨ ਤੇ ਕੀ ਆਉਣਾ ਸੀ ਵੀ ਭੂਆ ਨੇ ਮੇਰੀ ਨਿੱਕੀ ਜਿਹੀ ਗਲਤੀ ਦਾ ਤਮਾਸ਼ਾ ਬਣਾ ਕੇ ਰੱਖਤਾ ਆ? ਉਹ ਬਸ ਕਰ ਭੂਆ, ਐਡੀਆਂ ਹਮਾਇਤਾਂ ਨਾ ਕਰ ਇਹਦੀਆਂ, ਤੇ ਤੂੰ ਮੇਰੀ ਗੱਲ ਧਿਆਨ ਨਾਲ ਸੁਣ ਲਾ, ਜੇ ਕੋਈ ਚੀਜ਼ ਚੱਜ ਨਾਲ ਬਣਾਉਣੀ ਹੁੰਦੀ ਤੇ ਬਣਾ ਕੇ ਲਿਆਇਆ ਕਰ, ਠੀਕ ਹੈ ਨਾ? ਇਦਾਂ ਦੇ ਕੰਮ ਕਰਨੇ ਹੁੰਦੇ ਤੇ ਬੇਸ਼ੱਕ ਕੋਈ ਚੀਜ਼ ਨਾ ਬਣਾ ਕੇ ਲਿਆਇਆ ਕਰ। ਪਰ ਨਵ, ਮੈਂ ਤਾਂ ਸੇਵੀਆਂ ਵਿੱਚ ਖੰਡ ਪਾਈ ਸੀ, ਲੂਣ ਕਿੱਥੋਂ ਆ ਗਿਆ? ਮੈਨੂੰ ਸਮਝ ਨਹੀਂ ਆਉਂਦੀ ਕੁਝ। ਕੋਈ ਗੱਲ ਨਹੀਂ ਪੁੱਤ, ਕਈ ਵਾਰੀ ਬੰਦੇ ਨੂੰ ਭੁਲੇਖਾ ਲੱਗ ਜਾਂਦਾ ਆ, ਪਰ ਤੂੰ ਅੱਗੇ ਤੋਂ ਇਸ ਚੀਜ਼ ਦਾ ਧਿਆਨ ਰੱਖੀ, ਇਹਨਾਂ ਸੇਵੀਆਂ ਨੂੰ ਲੈ ਜਾ ਹੁਣ, ਇਹਨਾਂ 'ਚ ਖੰਡ ਅਤੇ ਦੁੱਧ ਪਾ ਕੇ ਨਾ ਹੋਰ ਇਹਨਾਂ ਨੂੰ ਬਾਲਾ ਦੁਆਲਾ, ਫਿਰ ਸਭ ਕੁਝ ਠੀਕ ਹੋ ਜਾਣਾ ਹੈ। ਚਲੋ ਠੀਕ ਹੈ ਭੂਆ ਜੀ। ਹਾਂ ਲੈ। ਚਲੋ ਜੀ, ਮੇਰਾ ਪਹਿਲਾ ਤੀਰ ਤੇ ਲੱਗ ਗਿਆ ਨਿਸ਼ਾਨੇ ਤੇ, ਤੇ ਹੁਣ ਆ ਦੂਜੇ ਤੀਰ ਦੀ ਵਾਰੀ, ਤੇ ਉਹ ਵੀ ਮੈਂ ਮੌਕਾ ਵੇਖ ਕੇ ਨਿਸ਼ਾਨੇ ਤੇ ਲਾ ਹੀ ਦੇਣਾ ਆ। ਚਲੋ ਭੂਆ ਜੀ, ਤੁਸੀਂ ਨਾ ਫਿਰ ਚਾਚੇ ਕੋਲੋਂ ਮਾਰਵੋ ਫੇਰਾ, ਸਵੇਰੇ ਕਹਿਣ ਡੇ ਸੀ ਨਾ ਜਾਣਾ ਆ, ਤੇ ਮੈਂ ਵੀ ਮਾੜਾ ਜਿਹਾ ਬੈਠ ਜਾਓ ਫੇਰਾ ਮਾਰਵਾਂ। ਠੀਕ ਹੈ ਪੁੱਤ। ਹਾਂਜੀ। ਲੈ ਦੱਸ, ਇਹਦੇ ਵਿੱਚ ਕਹਿਣ ਵਾਲੀ ਕਿਹੜੀ ਗੱਲ ਆ? ਇੱਦਾਂ ਕਦੀ ਹੋ ਸਕਦਾ ਵਾ ਕਿ ਤੂੰ ਮੇਰੇ ਕੋਲ ਕੋਈ ਚੀਜ਼ ਮੰਗੇ ਤੇ ਮੈਂ ਤੈਨੂੰ ਲੈ ਕੇ ਨਾ ਦਵਾਂ? ਕੋਈ ਗੱਲ ਨਹੀਂ, ਤੂੰ ਫਿਕਰ ਨਾ ਕਰ, ਮੈਂ ਤੈਨੂੰ ਕੱਲ੍ਹ ਹੀ ਸੂਟ ਲੈ ਕੇ ਭੇਜਦੀ ਹਾਂ। ਅੱਛਾ, ਤੇ ਇਹ ਗੱਲ ਆ, ਇੱਦਾਂ ਹੁਣ ਇਹ ਆਪਣੇ ਪੇਕਿਆਂ ਨੂੰ ਮੁੰਡੇ ਦੀ ਕਮਾਈ ਖਵਾਉਂਦੀ ਆ। ਕੋਈ ਗੱਲ ਨਹੀਂ, ਇਹਨੂੰ ਤਾਂ ਪੇਕੇ ਭੇਜਣ ਦੀਆਂ ਤਿਆਰੀਆਂ ਹੁਣ ਮੈਂ ਕਰਦੀ ਹਾਂ। ਚੱਲ ਠੀਕ ਆ, ਮੈਂ ਤੇਰੇ ਨਾਲ ਬਾਅਦ ਵਿੱਚ ਗੱਲ ਕਰਾਂਗੀ। ਚੰਗਾ। ਉਹ ਯਾਰ ਮੇਰੀ ਸੁਣ ਗੱਲ, ਤੂੰ ਬਹੁਤੀ ਚਿੰਤਾ ਨਾ ਕਰ, ਕੱਲ੍ਹ ਸ਼ਾਮ ਨੂੰ ਨਾ ਘਰ ਆ ਜਾਈਂ, ਫਿਰ ਬਹਿ ਕੇ ਆਪਾਂ ਕਰ ਲਾਂਗੇ ਜਿਹੜੀ ਵੀ ਗੱਲ ਕਰਨੀ ਆ। ਆਹੋ ਚੱਲ ਠੀਕ ਆ, ਕੋਈ ਨਹੀਂ। ਹਾਂ ਹਾਂ, ਹੁਣ ਰੱਖਦਾ ਫੋਨ ਫਿਰ ਮੈਂ। ਹੈ ਚੰਗਾ, ਵਾਹਿਗੁਰੂ। ਹੋਰ ਭੂਆ ਜੀ, ਹੋ ਆਏ ਚਾਚੇ ਘਰੋਂ?
ਹਾਂ ਪੁੱਤ ਤੇਰੇ ਚਾਚੇ ਘਰੋਂ ਤੇ ਮੈਂ ਹੋਈ ਆ, ਪਰ ਉਹਨਾਂ ਦੇ ਘਰ ਜਾ ਕੇ ਨਾ ਮੈਨੂੰ ਕਿਰਨ ਬਾਰੇ ਬੜਾ ਹੀ ਕੁਝ ਪਤਾ ਲੱਗਾ। ਕਿਰਨ ਬਾਰੇ ਪਤਾ ਲੱਗਾ? ਕੀ ਭੂਆ ਜੀ? ਪੁੱਤ ਚਾਚੀ ਤੇਰੀ ਆਖਣ ਡਈ ਸੀ ਵੀ ਕਿਰਨ ਤੇ ਅੱਜ ਕੱਲ ਬੜਾ ਹੀ ਆਂਡਿਆਂ ਗਵਾਂਢਿਆਂ ਦੇ ਘਰ ਜਾਂਦੀ ਆ, ਕਦੀ ਕਿਸੇ ਦੇ ਘਰ ਚਲ ਜਾਂਦੀ ਆ ਤੇ ਕਦੀ ਕਿਸੇ ਦੇ ਘਰ ਚਲ ਜਾਂਦੀ ਆ, ਤੇ ਨਾਲੇ ਇਹ ਫੋਨ ਤੇ ਆਪਣੇ ਪੇਕਿਆਂ ਨਾਲ ਗੱਲਾਂ ਕਰਨ ਡਈ ਸੀ ਵੀ ਕੋਈ ਗੱਲ ਨਹੀਂ ਮੈਂ ਆਹ ਚੀਜ਼ ਲੈ ਕੇ ਤੇ ਤੁਹਾਨੂੰ ਭੇਜ ਦਾਂਗੀ। ਤੂੰ ਹੁਣ ਮੈਨੂੰ ਆਪ ਹੀ ਦੱਸ ਪੁੱਤ, ਜੇ ਤੇਰਾ ਘਰ ਬਾਰੇ ਆਪਣੇ ਪੇਕਿਆਂ ਨੂੰ ਇੱਦਾਂ ਹੀ ਲਟਾਉਂਦੀ ਰਹੀ ਤੇ ਫਿਰ ਤੇਰੇ ਘਰ ਦਾ ਗੁਜ਼ਾਰਾ ਕਿੱਦਾਂ ਹੋਏਗਾ? ਪੈਸੇ ਕਿਹੜੇ ਰੁੱਖਾਂ ਨਾਲ ਲੱਗੇ ਆ? ਵੇਖੋ ਭੂਆ ਜੀ, ਪੇਕਿਆਂ ਵਾਲੀ ਗੱਲ ਤੇ ਚਲੋ ਠੀਕ ਆ ਵੀ ਉਹਨਾਂ ਕੁਝ ਸਮਾਨ ਮੰਗਾਇਆ ਹੋਣਾ ਆ ਤੇ ਕਿਰਨ ਨੇ ਕਿਹਾ ਤਾਂ ਹੋਣਾ ਵੀ ਮੈਂ ਲੈ ਕੇ ਭੇਜ ਦਾਂਗੀ, ਪਰ ਤੁਸੀਂ ਆਹ ਜਿਹੜੀ ਕਿਰਨ ਦੀ ਸਾਰਾ ਦਿਨ ਬਾਹਰ ਫਿਰਨ ਵਾਲੀ ਗੱਲ ਕਰਨ ਡੇ ਜੇ ਨਾ, ਇਹ ਮੈਨੂੰ ਤੁਹਾਡੀ ਗੱਲ ਹਜਮ ਨਹੀਂ ਜੀ ਹੋਣ ਡਈ। ਮੇਰੇ ਹੁੰਦਿਆਂ ਤਾਂ ਕਦੀ ਇਹ ਬਾਹਰ ਗਈ ਨਹੀਂ ਤੇ ਤੁਸੀਂ ਕਹਿੰਦੇ ਜੇ ਵੀ ਚਾਚੀ ਕਹਿੰਦੇ ਕਿਰਨ ਸਾਰਾ ਦਿਨ ਬਾਹਰ ਫਿਰਦੀ ਰਹਿੰਦੀ ਆਂਢੀਆਂ ਗਵਾਂਢੀਆਂ ਦੇ ਘਰ। ਵੇਖ ਪੁੱਤ, ਮੈਂ ਕਿਹੜਾ ਇੱਥੇ ਰਹਿੰਦੀ ਹਾਂ, ਮੈਂ ਤਾਂ ਕਿਤੇ ਘੜੀ ਪਾ ਲਾਉਣਾ ਹੁੰਦਾ ਆ ਅਤੇ ਤੇਰੇ ਚਾਚੇ ਘਰ ਗਈ ਹਾਂ ਅਤੇ ਮੈਨੂੰ ਕੀ ਪਤਾ ਸੀ ਉਹਨਾਂ ਨੇ ਲਾਮਿਆਂ ਦੀ ਪੰਡ ਮੇਰੇ ਸਿਰ 'ਤੇ ਰੱਖ ਦੇਣੀ ਆ। ਅਤੇ ਨਾਲੇ ਪੁੱਤ ਇੱਕ ਜ਼ਰੂਰੀ ਗੱਲ ਹੋਰ, ਮੈਨੂੰ 3-4 ਦਿਨ ਹੋ ਗਏ ਆ ਤੁਹਾਡੇ ਘਰ ਆਈ ਨੂੰ, ਮੈਂ ਜਦੋਂ ਵੀ ਅੰਦਰ ਜਾ ਕੇ ਕਿਰਨ ਕੋਲ ਬਹਿਣ ਲੱਗਦੀ ਆ ਨਾ, ਇਹ ਪਤਾ ਨਹੀਂ ਕਿਹਦੇ ਨਾਲ ਫੋਨ 'ਤੇ ਗੱਲਾਂ ਕਰਨ ਡਈ ਹੁੰਦੀ ਆ ਅਤੇ ਮੇਰੇ ਵੱਲ ਵੇਖ ਕੇ ਫੋਨ ਕੱਟ ਦਿੰਦੀ ਆ। ਤੂੰ ਇਹਦਾ ਥੋੜ੍ਹਾ ਬਹੁਤਾ ਧਿਆਨ ਰੱਖਿਆ ਕਰ, ਅੱਜ ਕੱਲ੍ਹ ਜ਼ਮਾਨਾ ਬੜਾ ਖਰਾਬ ਆ। ਹਾਂ ਭੂਆ, ਇਹ ਫੋਨ ਵਾਲੀ ਗੱਲ 'ਤੇ ਮੈਂ ਵੀ ਬੜੀ ਵਾਰ ਨੋਟ ਕੀਤੀ ਆ, ਇਹ ਮੈਨੂੰ ਵੇਖ ਕੇ ਫੋਨ ਕੱਟ ਦਿੰਦੀ ਆ, ਪਰ ਮੈਂ ਨਾ ਕਦੇ ਇਸ ਗੱਲ ਦੇ ਉੱਤੇ ਜ਼ਿਆਦਾ ਗੌਰ ਜਿਹਾ ਨਹੀਂ ਕੀਤਾ। ਪੁੱਤ ਮੈਂ ਤਾਂ ਹੀ ਤਾਂ ਤੈਨੂੰ ਕਹਿਣ ਡਈ ਹਾਂ ਵੀ ਤੂੰ ਮੇਰੀਆਂ ਗੱਲਾਂ 'ਤੇ ਗੌਰ ਕਰ, ਇਹ ਤੇਰੀਆਂ ਅੱਖਾਂ 'ਚ ਘਾਟਾ ਪਾਉਣ ਡਈ ਆ। ਭਾਵੇਂ ਤੂੰ ਹੁਣ ਵੀ ਅੰਦਰ ਜਾ ਕੇ ਵੇਖ ਲਾ, ਇਹ ਫੋਨ 'ਤੇ ਕਿਸੇ ਨਾਲ ਗੱਲ ਕਰਨ ਡਈ ਹੋਣੀ ਆ ਅਤੇ ਇਹਨੇ ਤੇਰੇ ਵੱਲ ਵੇਖ ਕੇ ਫੋਨ ਕੱਟ ਦੇਣਾ ਆ। ਕੋਈ ਨਹੀਂ ਭੂਆ, ਮੈਂ ਹੁਣੇ ਅੰਦਰ ਜਾ ਕੇ ਵੇਖਦਾ ਹਾਂ। ਠੀਕ ਹੈ ਪੁੱਤ। ਚਲੋ ਠੀਕ ਆ, ਮੈਂ ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰਦੀ ਹਾਂ। ਆ ਗਏ ਜਨਾਬ ਤੁਸੀਂ? ਆ ਤਾਂ ਮੈਂ ਗਿਆ ਹਾਂ, ਪਰ ਪਹਿਲਾਂ ਮੈਨੂੰ ਤੂੰ ਇਹ ਗੱਲ ਦੱਸ ਵੀ ਤੂੰ ਗੱਲਾਂ ਕਿਹਦੇ ਨਾਲ ਕਰਦੀ ਆ ਤੇ ਮੈਨੂੰ ਵੇਖ ਕੇ ਤੂੰ ਫੋਨ ਕੱਟ ਦਿੰਦੀ ਆ। ਨਾਵ, ਕਿੱਦਾਂ ਦੀਆਂ ਗੱਲਾਂ ਕਰਨ ਡੇ ਜੀ ਤੁਸੀਂ? ਮੰਮੀ ਦਾ ਫੋਨ ਸੀ, ਮੈਂ ਉਹਨਾਂ ਨਾਲ ਗੱਲ ਕਰਨ ਡਈ ਹਾਂ, ਹੋਰ ਮੈਂ ਕਿਹਦੇ ਨਾਲ ਗੱਲ ਕਰਨੀ ਆ? ਕਿਰਨ, ਆਪਣਾ ਝੂਠ ਤੂੰ ਆਪਣੇ ਕੋਲ ਰੱਖ, ਮੈਨੂੰ ਭੂਆ ਜੀ ਨੇ ਤੇ ਚਾਚੀ ਨੇ ਸਾਰਾ ਕੁਝ ਦੱਸਤਾ ਆ ਵੀ ਤੂੰ ਕੀ ਕੁਝ ਕਰਦੀ ਫਿਰਦੀ ਆ। ਮੈਨੂੰ ਤੇਰੇ ਤੇ ਬੜਾ ਯਕੀਨ ਸੀ, ਤੇਰੇ ਤੋਂ ਮੈਨੂੰ ਇਹ ਉਮੀਦ ਨਹੀਂ ਹੈਗੀ ਵੀ ਤੂੰ ਮੇਰੇ ਨਾਲ ਇਹ ਕੁਝ ਕਰੇਂਗੀ। ਨਾਵ, ਜਿੰਨਾ ਪਿੱਛੇ ਲੱਗ ਕੇ ਤੁਸੀਂ ਮੇਰੇ ਨਾਲ ਕਲੇਸ਼ ਕਰਨ ਡੇ ਹੋ ਨਾ, ਉਹਨਾਂ ਦੀ ਵੀ ਗੱਲ ਸੁਣ ਲਓ, ਭੂਆ ਤੇ ਆਏ ਇਸ ਘਰ ਵਿੱਚ ਕਲੇਸ਼ ਪਾਉਣਾ। ਉਹ ਮੈਡਮ ਜੀ, ਤੂੰ ਆਪਣੀਆਂ ਗਲਤੀਆਂ ਭੂਆ ਤੇ ਨਾ ਪਾ, ਭੂਆ ਨੇ ਜੋ ਕੁਝ ਅੱਖੀਂ ਵੇਖਿਆ ਤੇ ਕੰਨੀ ਸੁਣਿਆ ਨਾ ਉਹ ਕੁਝ ਮੈਨੂੰ ਦੱਸਿਆ ਆ, ਲੱਗੀ ਸਮਝ? ਇੱਕ ਮਿੰਟ ਰੁਕ ਜਾਓ ਨਾਵ, ਹੁਣੇ ਸਭ ਕੁਝ ਕਲੀਅਰ ਹੋ ਜਾਂਦਾ ਵਾ। ਭੂਆ ਜੀ, ਇੱਧਰ ਆਇਓ, ਗੱਲ ਸੁਣਿਓ ਮੇਰੀ। ਮਾਰ ਲਾ ਜਿਹੜੀਆਂ ਤੂੰ ਭੂਆ ਨੂੰ ਆਵਾਜ਼ਾਂ ਮਾਰਨੀਆਂ, ਉਹਨਾਂ ਨੇ ਉਹ ਕੁਝ ਕਹਿਣਾ ਜੋ ਕੁਝ ਉਹਨਾਂ ਨੇ ਅੱਖੀਂ ਵੇਖਿਆ ਆ। ਭੂਆ ਨੂੰ ਆਵਾਜ਼ਾਂ ਮਾਰਤੀ ਆ। ਚਲੋ ਜੀ, ਪੈ ਗਿਆ ਕਲੇਸ਼, ਹੁਣ ਮੈਂ ਜਾਂਦੀ ਹਾਂ ਅੰਦਰ। ਹਾਂ ਦੱਸ ਕਿਰਨ, ਆਵਾਜ਼ਾਂ ਮਾਰਨ ਡਈ ਹਾਂ। ਭੂਆ ਜੀ, ਸਾਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਹੈਗੀ ਕਿ ਤੁਸੀਂ ਸਾਡੇ ਦੋਨਾਂ ਜੀਆਂ ਵਿੱਚ ਇਹ ਕੁਝ ਕਰਵਾਓਗੇ। ਨਹੀਂ ਮੈਂ ਕੀ ਕਰਵਾਇਆ, ਵੇਖ ਲਾ ਮੁੰਡਿਆ, ਮੈਨੂੰ ਇਹ ਕੀ ਕੁਝ ਬੋਲੀ ਜਾਂਦੀ ਆ, ਤੂੰ ਇਹਨੂੰ ਚੁੱਪ ਨਹੀਂ ਕਰਾ ਸਕਦਾ। ਭੂਆ ਜੀ, ਮੈਂ ਆਪਣੇ ਕੰਨੀ ਤੁਹਾਨੂੰ ਫੋਨ ਤੇ ਕਿਸੇ ਨਾਲ ਗੱਲਾਂ ਕਰਦੇ ਸੁਣਿਆ ਸੀ, ਤੁਸੀਂ ਕਹਿਣ ਡੇ ਸੀ ਕਿ ਸਾਰੀ ਕਬੀਲਦਾਰੀ ਕਿਰਨ ਦੇ ਹੱਥਾਂ 'ਚ ਆ ਗਈ ਆ, ਤੇ ਇਹ ਮੈਂ ਕਿੱਦਾਂ ਜਰ ਲਾਂ? ਤਾਂ ਕਰਕੇ ਮੈਂ ਨਵ ਤੇ ਕਿਰਨ ਦੇ ਵਿੱਚ ਕਲੇਸ਼ ਪਾਉਣਾ ਵਾਂ ਤੇ ਇਹਨਾਂ ਨੂੰ ਅੱਡੋ ਅੱਡ ਕਰਕੇ ਤੇ ਕਬੀਲਦਾਰੀ ਆਪਣੇ ਹੱਥਾਂ 'ਚ ਲੈਣੀ ਆ। ਤੇ ਭੂਆ ਜੀ, ਇਸ ਲਾਲਚ 'ਚ ਆ ਕੇ ਤੁਸੀਂ ਸਾਡੇ ਦੋਨਾਂ ਜੀਆਂ ਵਿੱਚ ਕਲੇਸ਼ ਪੋਈ ਜਾਂਦੇ ਹੋ, ਦੱਸੋ ਸਾਰੀ ਗੱਲ ਨਵ ਨੂੰ। ਕੀ ਗੱਲ ਭੂਆ ਜੀ, ਹੁਣ ਚੁੱਪ ਕਾਤੋਂ ਹੋ ਗਏ ਜੇ? ਦੱਸੋ ਜੋ ਕੁਝ ਕਿਰਨ ਕਹਿਣ ਡਈ ਉਹ ਸੱਚ ਆ? ਵੇ ਮੈਨੂੰ ਕੀ ਪਤਾ ਇਹ ਸੱਚ ਆ ਕਿ ਝੂਠ ਆ, ਇਹ ਆਪਣੇ ਕੋਲੋਂ ਗੱਲਾਂ ਬਣਾ ਕੇ ਤੇ ਮੇਰੀ ਬਦਨਾਮੀ ਕਰੀ ਜਾਂਦੀ ਆ। ਨਹੀਂ ਜੇ ਤੂੰ ਮੇਰੀ ਬਦਨਾਮੀ ਕਰਨੀ ਸੀ ਤੇ ਮੈਨੂੰ ਕਹਿ ਦਿੰਦੀ, ਮੈਂ ਇੱਥੋਂ ਆਪ ਹੀ ਚੱਲ ਜਾਂਦੀ, ਘੱਟੋ ਘੱਟ ਬਦਨਾਮੀ ਤੋਂ ਤੇ ਬਚ ਜਾਂਦੀ। ਬਸ ਕਰ ਜੋ ਭੂਆ ਜੀ,
ਤੁਹਾਡੇ ਵਰਗੇ ਸਿਆਣੇ ਬੰਦੇ ਦੇ ਮੂੰਹ 'ਚ ਝੂਠ ਬੋਲਣਾ ਚੰਗਾ ਨਹੀਂ ਲੱਗਦਾ। ਸਾਡੇ ਵਿੱਚ ਕਲੇਸ਼ ਪਾਉਣ ਤੋਂ ਪਹਿਲਾਂ ਘੱਟੋ ਘੱਟ ਆਪਣੀ ਉਮਰ ਦਾ ਤੇ ਲਿਹਾਜ਼ ਕਰ ਲੈਂਦੇ। ਦੱਸੋ ਭੂਆ ਜੀ, ਕਿਰਨ ਜੋ ਕੁਝ ਕਹਿਣ ਡਈ ਉਹ ਸੱਚ ਕਹਿਣ ਡਈ ਆ? ਚੁੱਪ ਕਿਹੜੀ ਗੱਲਾਂ ਖਲੋਤੇ ਜੇ? ਭੂਆ ਜੀ, ਸੱਚ ਦੱਸ ਦਿਓ ਕਿ ਮੈਂ ਆਪਣੇ ਫੋਨ 'ਚ ਰਿਕਾਰਡਿੰਗ ਕੱਢ ਕੇ ਸੁਣਾ ਜਿਹਦੇ ਵਿੱਚ ਤੁਸੀਂ ਕਹਿਣ ਡਿਓ ਕਿ ਮੈਂ ਇਸ ਘਰ ਵਿੱਚ ਪਾੜ ਪਾ ਕੇ ਤੇ ਰਾਜ ਕਰਾਂਗੀ। ਨਹੀਂ ਨਹੀਂ, ਰਿਕਾਰਡਿੰਗਾਂ ਦੀ ਕੋਈ ਲੋੜ ਨਹੀਂ ਹੈਗੀ, ਮੈਂ ਇਹ ਸਭ ਕੁਝ ਕਿਹਾ ਸੀ। ਮੇਰੇ ਭਰਾ ਭਰਜਾਈ ਨੇ ਸਭ ਕੁਝ ਇੰਨੀਆਂ ਮਿਹਨਤਾਂ ਨਾਲ ਬਣਾਇਆ, ਮੈਂ ਤੈਨੂੰ ਕਿੱਦਾਂ ਫੜਾ ਦਿੰਦੀ? ਭੂਆ ਜੀ, ਸਾਨੂੰ ਤੁਹਾਡੇ ਕੋਲੋਂ ਇਹ ਉਮੀਦ ਨਹੀਂ ਹੈਗੀ। ਪਤਾ ਤੇ ਸਾਨੂੰ ਤੁਹਾਡੇ ਬਾਰੇ ਪਹਿਲਾਂ ਹੀ ਹੈਗਾ ਸੀ ਵੀ ਤੁਸੀਂ ਇੱਦਾਂ ਦੇ ਕੰਮ ਕਰਦੇ ਜੇ, ਘਰਾਂ ਦੇ ਵਿੱਚ ਕਲੇਸ਼ ਪਾਉਂਦੇ ਜੇ। ਤੁਹਾਡੀ ਤੇ ਆਪਣੇ ਨੂੰਹ ਪੁੱਤ ਨਾਲ ਨਹੀਂ ਬਣੀ ਤੇ ਤੁਸੀਂ ਸਾਨੂੰ ਕਿੱਥੇ ਸੁਖੀ ਵਸਣ ਦੇਣਾ ਸੀ? ਤੁਸੀਂ ਕਰਤਾ ਨਾ ਸਾਡੇ ਘਰ ਦੇ ਵਿੱਚ ਵੀ ਉਹ ਕੰਮ, ਤਾਂ ਕਰਕੇ ਨਾ ਹੱਥ ਜੋੜ ਕੇ ਨਾ ਤੁਹਾਡੇ ਅੱਗੇ ਇੰਨੀ ਕੁ ਬੇਨਤੀ ਆ ਵੀ ਹੁਣ ਨਾ ਤੁਸੀਂ ਆਪਣੇ ਘਰ ਵਾਪਸ ਚਲ ਜਾਓ। ਬਹੁਤ ਕੁਝ ਹੋ ਗਿਆ ਸਾਡੇ ਘਰ ਦੇ ਵਿੱਚ, ਇੰਨੇ ਚਿਰਾਂ ਬਾਅਦ ਤੁਸੀਂ ਸਾਡੇ ਘਰ ਆਏ ਸੀ ਤੇ ਮੈਨੂੰ ਇਹ ਸੀ ਵੀ ਤੁਸੀਂ ਬਦਲ ਗਏ ਹੋਵੋਗੇ, ਪਰ ਤੁਹਾਡੇ 'ਚ ਤੇ ਭੋਰਾ ਫਰਕ ਨਹੀਂ ਪਿਆ, ਤੁਸੀਂ ਤੇ ਉਦਾਂ ਦੇ ਉਦਾਂ ਹੀ ਰਹੇ। ਵੇ ਪੁੱਤ, ਮੇਰੀ ਗੱਲ ਤੇ ਸੁਣ ਲਾ, ਤੂੰ ਹੁਣ ਇਹਦੇ ਵਰਗੀ ਦੇ ਕਹਿਣ ਤੇ ਆਪਣੀ ਭੂਆ ਨੂੰ ਆਪਣੇ ਘਰੋਂ ਕੱਢੇਗਾ? ਭੂਆ ਜੀ, ਜਿਹੜੀ ਗੱਲ ਨਾਮ ਨੇ ਤੁਹਾਨੂੰ ਕਹੀ ਹੈ ਸਮਝ ਆ ਗਈ ਹੈ ਕਿ ਨਹੀਂ, ਜਾਂ ਫਿਰ ਤੁਹਾਨੂੰ ਮੈਂ ਆਪ ਬਾਹਰ ਦਾ ਰਸਤਾ ਵਿਖਾ ਕੇ ਆਵਾਂ? ਨਹੀਂ ਨਹੀਂ, ਮੈਂ ਆਪੇ ਚੱਲ ਜਾਂਦੀ ਹਾਂ, ਮੈਨੂੰ ਕੋਈ ਲੋੜ ਨਹੀਂ ਹੈਗੀ ਇਹੋ ਜਿਹੇ ਭਤੀਜੇ ਦੀ ਤੇ ਇਹੋ ਜਿਹੀ ਭਤੀਜੀਓ ਨੂੰਹ ਦੀ ਜਿਹੜੇ ਮੈਨੂੰ ਅੱਜ ਠੋਕਰਾਂ ਮਾਰ ਕੇ ਘਰੋਂ ਕੱਢਣ ਡਏ ਆ। ਵੇਖਿਆ ਨਾ, ਕਈ ਵਾਰੀ ਜਿਨ੍ਹਾਂ ਨੂੰ ਹੀ ਆਪਣਾ ਕਹਿੰਦੇ ਆ ਨਾ, ਉਹ ਸਾਡੇ ਆਪਣੇ ਨਹੀਂ ਹੁੰਦੇ। ਸਹੀ ਗੱਲ ਆ ਕਿਰਨ ਤੇਰੇ ਵਾਲੀ ਯਾਰ, ਕਈ ਵਾਰ ਨਾ ਬੰਦਾ ਭਾਵੇਂ ਹੋਰ ਜੋ ਕੁਝ ਮਰਜ਼ੀ ਛੱਡ ਦੇ ਪਰ ਆਪਣੀਆਂ ਆਦਤਾਂ ਨਹੀਂ ਛੱਡਦਾ, ਆਦਤਾਂ ਤੋਂ ਮਜਬੂਰ ਹੁੰਦਾ ਆ ਤੇ ਉਹ ਕੰਮ ਅੱਜ ਭੂਆ ਨੇ ਕਰਤਾ ਵੇਖ ਲਿਆ ਨਾ, ਉਹ ਮਜਬੂਰ ਸੀ ਆਪਣੀ ਆਦਤ ਤੋਂ ਤੇ ਉਹਨੇ ਉਹ ਕੰਮ ਸਾਡੇ ਦੋਵਾਂ ਜੀਆਂ ਦੇ ਵਿੱਚ ਕਰਤਾ ਤੇ ਸਾਡੇ 'ਚ ਕਲੇਸ਼ ਪਵਾਤਾ ਨਾ। ਪਰ ਤੂੰ ਹੁਣ ਕੋਈ ਗੱਲ ਨਹੀਂ, ਟੈਨਸ਼ਨ ਨਾ ਲੈ ਭੂਆ, ਆਪਣੇ ਘਰ ਚੜ ਗਏ ਆ, ਠੀਕ ਆ? ਤੇ ਆਪਾਂ ਪਹਿਲਾਂ ਵਾਂਗ ਦੋਵੇਂ ਜਾਣੇ ਰਲ ਮਿਲ ਕੇ ਰਵਾਂਗੇ ਤੇ ਭੂਆ ਰੁੱਸ ਕੇ ਗਈ ਆ ਨਾ, ਕੋਈ ਗੱਲ ਨਹੀਂ, ਜਦੋਂ ਉਹਨੂੰ ਹੁਣ ਠੋਕਰ ਵੱਜੀ ਆ ਨਾ ਘਰ ਜਾ ਕੇ ਜ਼ਰੂਰ ਸੋਚੂਗੀ, ਤੁਹਾਨੂੰ ਸਮਝ ਆ ਜਾਏਗੀ ਤੇ ਕੋਈ ਗੱਲ ਨਹੀਂ, ਇਹ ਮਿਲਣਾ ਵਰਤਣਾ ਭੂਆ ਨਾਲ ਫਿਰ ਸ਼ੁਰੂ ਕਰ ਦਾਂਗੇ, ਠੀਕ ਆ? ਚਲੋ ਠੀਕ ਆ। ਹਾਂ, ਤੇ ਉੱਠ ਕੇ ਚਾਹ ਬਣਾ ਦੇ ਘੁੱਟ। ਚਲੋ ਲੈ ਕੇ ਆਉਣੀ। ਹਾਂ ਹਾਂਜੀ ਦੋਸਤੋ, ਸੋ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਹੈ ਜੀ, ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਇਸ ਵੀਡੀਓ ਵਿੱਚ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ, ਉਹ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ ਵੀ ਕਈਆਂ ਲੋਕਾਂ ਦੀ ਨਾ ਆਦਤ ਹੁੰਦੀ ਆ, ਉਹ ਆਪਣੀ ਆਦਤ ਤੋਂ ਮਜਬੂਰ ਹੋ ਜਾਂਦੇ ਆ ਵੀ ਜੋ ਕੁਝ ਮਰਜ਼ੀ ਹੋ ਜਾਵੇ ਪਰ ਅਸੀਂ ਆਪਣੀ ਆਦਤ ਨਹੀਂ ਛੱਡਣੀ। ਉਹਨਾਂ ਨੇ ਘਰਾਂ ਦੇ ਵਿੱਚ ਕਲੇਸ਼ ਪਵਾ ਕੇ ਹੀ ਰਹਿਣਾ ਹੁੰਦਾ ਆ, ਕਿਉਂਕਿ ਚੁਗਲੀ ਕਰਨ ਦੀ ਜਿਹਨੂੰ ਆਦਤ ਹੁੰਦੀ ਆ ਨਾ, ਉਹ ਫਿਰ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦਾ, ਹੈ ਨਾ? ਸੋ ਇਹ ਜਿਹੜੇ ਵਿੱਚ ਆਪਾਂ ਇੱਕ ਸਿਰਫ ਕਰੈਕਟਰ ਬਣਾਇਆ ਭੂਆ ਦਾ, ਇੱਥੇ ਆਪਾਂ ਭੂਆ ਨੂੰ ਫਿੱਟ ਨਹੀਂ ਕਰਦੇ, ਚਾਚੀ ਤਾਈ ਜੋ ਮਾਮੀ ਮਾਸੀ ਜੋ ਵੀ ਮਤਲਬ ਕਿ ਇੱਦਾਂ ਦਾ ਕੰਮ ਕਰਦਾ ਆ ਉਹਦੇ ਉੱਤੇ ਇਹ ਗੱਲ ਲੱਗਦੀ ਆ ਵੀ ਜਿਹੜੇ ਇੱਦਾਂ ਦਾ ਕੰਮ ਕਰਦੇ ਆ ਘਰਾਂ ਦੇ ਵਿੱਚ ਕਲੇਸ਼ ਪਵਾਉਂਦੇ ਆ ਉਹ ਇੱਦਾਂ ਦੇ ਕੰਮ ਨਾ ਕਰਨ। ਅਤੇ ਬਾਕੀ ਸਾਰੀਆਂ ਭੂਆ ਵੀ ਇੱਕੋ ਜਿਹੀਆਂ ਨਹੀਂ ਹੁੰਦੀਆਂ, ਪਰ ਕੁਝ ਘਰਾਂ ਦੇ ਵਿੱਚ ਇੱਦਾਂ ਹੁੰਦਾ ਆ ਜਿਹੜੀਆਂ ਭੂਆਂ ਇੱਦਾਂ ਕਰਦੀਆਂ ਆ, ਸੋ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਇੱਦਾਂ ਦੇ ਕੰਮ ਨਾ ਕਰਿਆ ਕਰੋ। ਅਤੇ ਬਾਕੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਵਿਖਾ ਲਿਆ ਸੀ ਵੀ ਜਿਹੜੀ ਕਬੀਲਦਾਰੀ ਆ ਉਹ ਸਾਰੀ ਜਿਹੜੀ ਕਿਰਨ ਦੇ ਹੱਥ ਵਿੱਚ, ਇਹ ਤਾਂ ਭੂਆ ਕਹਿੰਦੀ ਵੀ ਸਾਰਾ ਕੁਝ ਮੇਰੇ ਹੱਥ ਵਿੱਚ ਆ ਜੇ, ਜਿਹੜੀ ਕਿ ਭੂਆ ਵਾਸਤੇ ਬਿਲਕੁਲ ਗਲਤ ਗੱਲ ਆ। ਹੁਣ ਜਦੋਂ ਘਰ ਦੀ ਨੂੰਹ ਕਿਰਨ ਆ ਤਾਂ ਸਾਰਾ ਕੁਝ ਫਿਰ ਉਹਦੇ ਹੱਥ ਵਿੱਚ ਹੀ ਆਉਣਾ ਸੀ, ਤੁਸੀਂ ਆਪਣੇ ਘਰ ਜੇ ਆਪਣੇ ਘਰ ਦੇ ਉੱਤੇ ਤੁਸੀਂ ਹੱਕ ਜਮਾਓ, ਕਿਸੇ ਦੇ ਘਰ ਦੇ ਵਿੱਚ ਆਣ ਕੇ ਕਾਹਦਾ ਤੁਸੀਂ ਰੋਬ ਰੱਖਦੇ ਜੇ, ਠੀਕ ਹੈ ਨਾ? ਚਲੋ ਭੂਆ ਆਉਂਦੀ ਆ, ਮਿਲ ਵਰਤ ਕੇ ਜਾਂਦੀ ਆ, ਵਧੀਆ ਤਰੀਕੇ ਨਾਲ ਰਹੇ, ਅੱਗੋਂ ਨੂੰਹ ਪੁੱਤ ਵੀ ਜਿਹੜੇ ਆ ਉਹ ਤੁਹਾਡੇ ਨਾਲ ਵਧੀਆ ਤਰੀਕੇ ਨਾਲ ਵਰਤਣਗੇ, ਪਰ ਜੇਕਰ ਤੁਸੀਂ ਘਰਾਂ ਦੇ ਵਿੱਚ ਕਲੇਸ਼ ਪਵਾਓਗੇ ਤਾਂ ਫਿਰ ਉਹਨਾਂ ਸਵਾਹ ਵਰਤਣਾ ਤੁਹਾਡੇ ਨਾਲ। ਹੋਰ ਕੁਝ ਕਹਿੰਦਾ? ਬਸ ਕੋਈ ਮਨ ਦੇ ਵਿੱਚ ਵਿਚਾਰ ਹੋਏ? ਨਹੀਂ, ਮੈਂ ਤਾਂ ਇਹ ਕਹਿੰਦੀ ਕਿ ਸਾਰੀਆਂ ਭੂਆ ਇੱਕੋ ਜਿਹੀ ਨਹੀਂ ਹੁੰਦੀਆਂ, ਸਾਰੀਆਂ ਵਧੀਆ ਵੀ ਹੁੰਦੀਆਂ ਵਾ,
ਤੇ ਕੁਝ ਘਰਾਂ ਦੇ ਵਿੱਚ ਹੁੰਦਾ ਇਦਾਂ। ਹਾਂਜੀ, ਸੋ ਉਹਨਾਂ ਭੂਆ ਕੇ ਹੱਥ ਜੋੜ ਕੇ ਬੇਨਤੀ ਹੈ ਵੀ ਇਦਾਂ ਦੇ ਕੰਮ ਨਾ ਕਰਿਆ ਕਰੋ, ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਘਰ ਦੇ ਵਿੱਚ ਇਹ ਜਿਹੜੀ ਵੀਡੀਓ ਆ ਉਹ ਪਹੁੰਚ ਸਕੇ, ਤੇ ਤੁਸੀਂ ਵੀਡੀਓ ਵੇਖ ਕੇ ਚੱਲ ਜਾਂਦੇ ਜੇ, ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤੇ ਵੀਡੀਓ ਨੂੰ ਸ਼ੇਅਰ ਵੀ ਜੇ ਕਰਦੇ, ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ, ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ। ਅਤੇ ਬਾਕੀ ਜੇਕਰ ਤੁਸੀਂ ਇਸ ਵੀਡੀਓ ਨੂੰ ਸਾਡੀ ਨੂੰ ਫੇਸਬੁੱਕ 'ਤੇ ਦੇਖ ਰਹੇ ਜੇ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰਕੇ ਜਾਇਓ, ਅਤੇ ਜੇਕਰ ਯੂਟਿਊਬ 'ਤੇ ਦੇਖ ਰਹੇ ਜੇ ਤਾਂ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ। ਅਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਦੇਖਣ ਵਾਸਤੇ, ਜਲਦੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ, ਧੰਨਵਾਦ ਜੀ ਸਾਰਿਆਂ ਦਾ।